ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ। ਅਸੀਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ। ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲ ਚਾਲ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੇ ਜਿੰਨੇ ਵੀ ਸਾਡੇ ਪਰਿਵਾਰਕ ਮੈਂਬਰ ਇਸ ਵੇਲੇ ਨਾਲ ਜੁੜੇ ਹੋਏ ਆ, ਸਭ ਨੂੰ ਪਿਆਰ ਭਰੀ ਤਰੀਕੀ ਸਤਿ ਸ੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਲੋਕ ਸਭਾ ਚੋਣਾਂ ਦੀ। 8 ਸੂਬਿਆਂ ਦੀਆਂ 49 ਸੀਟਾਂ ਤੇ ਵੋਟਾਂ ਫਿਰ ਪੈ ਗਈਆਂ ਨੇ, ਔਰ ਕਹਿੰਦੇ ਕਿ ਸ਼ਾਮ 5 ਵਜੇ ਤੱਕ 57% ਵੋਟਿੰਗ ਹੀ ਹੋਈ ਸੀ ਜੀ। ਹਾਂ ਬਿਲਕੁਲ ਜੀ, ਗੱਲ ਇਹ ਹੈ ਕਿ ਲੰਘੇ ਕੱਲ 8 ਸੂਬੇ ਜਿਹੜੇ, ਜਿਹਦੇ ਵਿੱਚੋਂ 6 ਤਾਂ ਸੂਬੇ ਤੇ 2 ਹੈਗੇ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹਨੂੰ ਅਸੀਂ ਯੂਟੀ ਕਹਿੰਦੇ ਆ, ਇਹਨਾਂ ਥਾਵਾਂ ਦੇ ਉੱਤੇ ਵੋਟਾਂ ਪਈਆਂ। 5ਵੇਂ ਗੇੜ ਦੀਆਂ ਵੋਟਾਂ ਪਈਆਂ ਤੇ ਭਾਰਤ ਦੇ ਵਿੱਚ ਕੁੱਲ 7 ਗੇੜਾ ਤੇ ਸੱਤਾਂ ਦੇ ਵਿੱਚੋਂ 5 ਗੇੜਾਂ ਦੀਆਂ ਵੋਟਾਂ ਪੈ ਗਈਆਂ। ਹੁਣ 6ਵੇਂ ਗੇੜ ਦੀਆਂ ਵੋਟਾਂ ਪੈਣੀਆਂ ਜੀ 25 ਮਈ ਨੂੰ, ਤੇ 7ਵੇਂ ਤੇ ਆਖਰੀ ਗੇੜ ਦੀਆਂ ਵੋਟਾਂ ਪੈਣੀਆਂ 1 ਜੂਨ ਨੂੰ, ਜਿਹਦੇ ਵਿੱਚ ਪੰਜਾਬ ਵੀ ਸ਼ਾਮਿਲ ਹੈ। ਸੋ ਗੱਲ ਇਹ ਜੀ ਕਿ ਇਸ ਵੇਲੇ ਪੰਜਾਬ ਦੇ ਵਿੱਚ ਵੀ ਪੂਰੀ ਤਿਆਰੀ ਹੈ ਤੇ ਬਾਕੀ ਜਿਹੜੇ ਜਿਹੜੇ ਜਿੱਥੇ ਜਿੱਥੇ ਸੂਬਿਆਂ ਦੇ ਵਿੱਚ ਵੋਟਾਂ ਪੈਣੀਆਂ ਉੱਥੇ ਵੀ ਤਿਆਰੀ ਆ। ਪਰ ਜਿਹੜੇ ਕੱਲ 8 ਥਾਵਾਂ ਦੇ ਉੱਤੇ ਵੋਟਾਂ ਪਈਆਂ, ਇੱਥੇ ਪੱਛਮੀ ਬੰਗਾਲ ਦੇ ਵਿੱਚ ਜਦੋਂ ਵੋਟਾਂ ਪਈਆਂ ਤੇ ਉੱਥੇ ਸਭ ਤੋਂ ਵੱਧ ਪਰਸੈਂਟੇਜ ਹੈ, ਤੇ ਜੇ ਆਪਾਂ ਗੱਲ ਕਰੀਏ ਮਹਾਰਾਸ਼ਟਰ ਦੀ, ਉੱਥੇ ਸਭ ਤੋਂ ਘੱਟ ਪਰਸੈਂਟੇਜ ਹੈ। ਸੋ ਲੋਕਾਂ ਦਾ ਐਤਕੀ ਓਨਾ ਚਾਅ ਤੇ ਓਨਾ ਉਤਸ਼ਾਹ ਨਜ਼ਰ ਨਹੀਂ ਜਿਹੜਾ ਆ ਰਿਹਾ, ਤੇ ਉਹਦੇ ਪਿੱਛੇ ਕਈ ਕਾਰਨ ਮੰਨੇ ਜਾ ਰਹੇ ਵੀ ਇੱਕ ਤਾਂ ਚਲੋ ਗਰਮੀ ਹੋ ਗਈ, ਤੇ ਦੂਜਾ ਕਾਰਨ ਕਹਿੰਦੇ ਵੀ ਇਹ ਵੀ ਹੋ ਸਕਦਾ ਵੀ ਲੋਕਾਂ ਦਾ ਵੋਟਾਂ ਤੋਂ ਮਨ ਭਰ ਗਿਆ ਵੀ ਇਹਨਾਂ ਨੇਤਾਵਾਂ ਦੇ ਕੋਲੋਂ ਕਰਾਉਣਾ ਕੀ ਹੈ, ਤੇ ਇਹਨਾਂ ਦੇ ਉੱਤੇ ਯਕੀਨ ਤਾਂ ਭੋਰਾ ਹੈ ਨਹੀਂ ਕਿਸੇ ਨੂੰ, ਸ਼ਾਇਦ ਇੱਕ ਕਾਰਨ ਦਾ ਇਹ ਵੀ ਹੋਵੇ। ਸੋ ਲੋਕ ਇਹਦੇ ਵੱਖੋ ਵੱਖਰੇ ਕਾਰਨ ਮੰਨ ਰਹੇ ਆ। ਦੂਜੀ ਮਹੱਤਵਪੂਰਨ ਗੱਲ ਇਹ ਕਿ ਹੁਣ ਜਦੋਂ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਤੇ ਦਿਨ ਰਹਿ ਕੇ ਪੂਰੇ 9, ਤੇ ਇਹਨਾਂ 9 ਦਿਨਾਂ ਦੇ ਵਿੱਚ ਬੜੀਆਂ ਕਲਾਬਾਜ਼ੀਆਂ ਪੰਜਾਬ ਦੇ ਵਿੱਚ ਆਉਣੀਆਂ, ਵੇਖਦੇ ਭਾਈ ਕੀ ਬਣਦਾ। ਪਰ ਵੇਹਦੇ ਆ ਵੀ ਭਾਈ ਐਤਕੀ ਪੰਜਾਬ ਦੇ ਲੋਕ ਤੇ ਦੇਸ਼ ਦੇ ਲੋਕ ਕੀ ਕਰਦੇ ਆ, ਕਿਉਂਕਿ ਦੇਖੋ ਜਿਹੜਾ ਸੱਟਾ ਬਾਜ਼ਾਰ ਆ ਉਹ ਤਾਂ ਇਹ ਗੱਲ ਕਹਿੰਦਾ ਵੀ ਬੀਜੇਪੀ ਨੂੰ ਬਹੁਮਤ ਨਹੀਂ ਮਿਲਦਾ, ਪਰ ਮੇਰਾ ਮਨ ਇਹ ਗੱਲ ਕਹਿੰਦਾ ਵੀ ਬੀਜੇਪੀ ਨੇ ਬਹੁਮਤ ਲੈ ਜਾਣਾ। ਇਸ ਕਰਕੇ ਨਹੀਂ ਕਿ ਮੇਰੀ ਕੋਈ ਅੰਨੀ ਸ਼ਰਧਾ ਹੈਗੀ ਆ, ਮੈਂ ਇਹ ਜਾਣਦਾ ਕਿ ਜੇਕਰ ਬੀਜੇਪੀ ਨੇ ਚਾਹਿਆ ਤਾਂ ਉਹਨਾਂ ਨੇ ਕੋਈ ਜੋੜ ਤੋੜ ਕਰਨ, ਕਿਵੇਂ ਕਰਨ, ਕੁਛ ਵੀ ਕਰਨ, ਉਹਨਾਂ ਨੇ ਆਪਦਾ ਕਿਵੇਂ ਨਾ ਕਿਵੇਂ ਸੂਤ ਲਾ ਲੈਣਾ, ਕਿਉਂਕਿ ਜਿਨ੍ਹਾਂ ਨੇ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਕੁਰਸੀ ਦੇ ਲਈ ਜੜਦਾ ਤਿਆਗ ਕਰਤਾ ਸੀ, ਹਰ ਪੁੱਠਾ ਸਿੱਧਾ ਤਰੀਕਾ ਵਰਤਿਆ ਸੀ, ਕੀ ਉਹ ਇਸ ਗੱਲ ਨੂੰ ਛੱਡ ਦੇਣਗੇ ਵੀ ਭਾਈ ਅਸੀਂ ਪ੍ਰਧਾਨ ਮੰਤਰੀ ਦੀ ਕੁਰਸੀ ਹੱਥ ਦੇ ਵਿੱਚੋਂ ਜਾਣ ਦੇਈਏ। ਸੋ ਵੇਹਨੇ ਭਾਈ ਐਤਕੀ ਕੀ ਬਣਦਾ, ਪਰ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਭਾਵੇਂ ਸਿੱਧਾ ਹੋਵੇ ਭਾਵੇਂ ਅਸਿੱਧਾ ਹੋਵੇ, ਤਰੀਕਾ ਬੀਜੇਪੀ ਨੇ ਆਪਣਾ ਕੰਮ ਕਰ ਜਾਣਾ। ਸੋ ਬਾਕੀ 4 ਜੂਨ ਨੂੰ ਪਤਾ ਲੱਗ ਜਾਣਾ ਵੀ ਕੌਣ ਕਿੰਨੇ ਪਾਣੀ ਦੇ ਵਿੱਚ ਆ। ਪਰ ਹਾਂ, ਇਹ ਗੱਲ ਜ਼ਰੂਰ ਪ੍ਰਤੀਤ ਹੁੰਦੀ ਹੈ ਕਿ ਬੀਜੇਪੀ ਦੀਆਂ ਸੀਟਾਂ ਐਤਕੀ ਕਾਫੀ ਘਟਣ ਦੀ ਆਸ ਹੈ ਜੀ। ਜੀ ਬਿਲਕੁਲ ਸਹੀ ਕਹਿਣਾ ਸਾਹਿਬ, ਮਤਲਬ ਜਿਹੜਾ ਉਹ ਰੌਲਾ ਪਾਉਂਦੇ ਨੇ ਵੀ 400 ਤੋਂ ਪਾਰ ਹੋ ਜੂ, 400 ਤੋਂ ਜ਼ਿਆਦਾ ਹੋ ਜਾਣਗੀਆਂ, ਇਹ ਹੋ ਜੂ ਉਹ ਹੋ ਜੂ, ਇਹ ਗੱਲਾਂ ਕਿਤੇ ਨਾ ਕਿਤੇ ਝੂਠੀਆਂ ਲੱਗ ਰਹੀਆਂ ਨੇ ਜੀ ਫਿਲਹਾਲ ਤੱਕ। ਹਾਂ ਬਿਲਕੁਲ ਜੀ, ਫਿਲਹਾਲ ਤਾਂ ਇਹੀ ਲੱਗਦਾ, ਕਿਉਂਕਿ ਜਿਹੜਾ ਐਤਕੀ ਜਲਾਓ ਆ ਨਾ ਲੋਕਾਂ ਦੇ ਵਿੱਚ, ਜੋਸ਼ ਆ ਜਿਹੜਾ, ਗਰ ਗਰ ਮੋਦੀ ਹਰ ਗਰ ਮੋਦੀ, ਇਹ ਨਹੀਂ ਸੰਭਵ ਹੈਗਾ, ਕਿਉਂਕਿ ਲੋਕਾਂ ਨੇ 10 ਸਾਲ ਦੇ ਵਿੱਚ ਬਹੁਤ ਕੁਝ ਦੇਖ ਲਿਆ। ਹਾਂ, ਵਿਰੋਧੀ ਧਿਰਾਂ ਮਜ਼ਬੂਤ ਨਹੀਂ ਹੈਗੀਆਂ, ਵਿਰੋਧੀ ਧਿਰਾਂ ਖਿੰਡੀਆਂ ਪਈਆਂ, ਵਿਰੋਧੀ ਧਿਰਾਂ ਦੇ ਵਿੱਚ ਦਮ ਹੈ ਨਹੀਂ ਗਾ, ਵਿਰੋਧੀ ਧਿਰਾਂ ਨਿੱਜ ਦੇ ਨਾਲ ਸਖੀਆਂ, ਉਹ ਦੇਸ਼ ਦੇ ਨਾਲ ਜਾਂ ਗਠਬੰਧਨ ਦੇ ਨਾਲ ਜਾਂ ਜਿਹੜੇ ਇਸ ਵੇਲੇ ਗੱਠਜੋੜ ਆ ਉਹਦੇ ਨਾਲ ਉਨੀਆਂ ਸਖੀਆਂ ਨਹੀਂ। ਇਹ ਇੱਕ ਬਹੁਤ ਵੱਡਾ ਬੈਕਡ੍ਰੋਪ ਹੈਗਾ, ਕਿਉਂਕਿ ਜੇਕਰ ਇਹ ਇਕੱਠੀਆਂ ਹੋਣ ਤੇ ਦਿਲੀ ਤੌਰ ਤੇ ਸੱਚੀਆਂ ਹੋਣ ਤਾਂ ਫਿਰ ਗੱਲ ਹੋਰ ਹੋਵੇ, ਪਰ ਇੱਥੇ ਉਹ ਗੱਲ ਨਹੀਂ ਆ। ਜਦੋਂ ਉਹ ਗੱਲ ਨਹੀਂ ਆ ਤੇ ਫਿਰ ਮੈਨੂੰ ਲੱਗਦਾ ਜੀ ਕਿ ਬੀਜੇਪੀ ਆ ਜਿਹੜੀ ਉਹ ਘੱਟ ਸੀਟਾਂ ਲੈ ਕੇ ਵੀ ਜਿੱਤੂਗੀ, ਤੇ ਪਰ ਜੇਕਰ ਇਹ ਇਕੱਠੇ ਹੋਣ ਵਿਰੋਧੀ ਫਿਰ ਗੱਲ ਹੋਰ ਹੋਵੇ। ਇਹਨਾਂ ਦੇ ਵਿੱਚ ਏਕਤਾ ਹੈ ਨਹੀਂ ਸੀ, ਅੱਜ ਵੀ ਹੈ ਨਹੀਂ ਜੀ। ਜੀ ਬਿਲਕੁਲ ਸਹੀ ਕਹਿਣਾ ਸਾਹਿਬ। ਖੈਰ, ਅੱਗੇ ਵਧਦੇ, ਗੱਲ ਕਰਦੇ ਹਾਂ ਹੁਣ ਪੰਜਾਬ ਦੀ। ਖਬਰ ਆ ਰਹੀ ਹੈ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਕਹਿੰਦੇ ਭਾਜਪਾ 'ਚ ਸ਼ਾਮਿਲ ਹੋਣਗੇ ਜੀ।
ਦੇਖੋ ਹੁਣ ਤਾਂ ਇਹਨਾਂ ਗੱਲਾਂ ਦੇ ਉੱਤੇ ਹੈਰਾਨੀ ਕੋਈ ਨਹੀਂ ਹੁੰਦੀ ਕਿ ਕੌਣ ਕਿਹੜੇ ਪਾਸੇ ਨੂੰ ਸ਼ਾਮਲ ਹੋ ਰਿਹਾ, ਕਿਉਂਕਿ ਐਤਕੀ ਤਾਂ ਪੰਜਾਬ ਦੀ ਤੇ ਦੇਸ਼ ਦੀ ਰਾਜਨੀਤੀ ਦੇ ਵਿੱਚ ਅਲੋਕਾਰੀਆਂ ਗੱਲਾਂ ਹੀ ਹੋਈਆਂ। ਜੇ ਮੰਨ ਲਓ ਜਗਵੀਰ ਸਿੰਘ ਬਰਾੜ ਕੱਲ ਨੂੰ ਬੀਜੇਪੀ 'ਚ ਸ਼ਾਮਲ ਹੋ ਜਾਂਦੇ ਆ, ਮੈਂ ਤਾਂ ਕਹਿੰਦਾ ਵੀ ਇਹਦੇ 'ਚ ਇੱਕ ਪੈਸਾ ਵੀ ਹੈਰਾਨ ਹੋਣ ਵਾਲੀ ਗੱਲ ਨਹੀਂ, ਕਿਉਂਕਿ ਕੌਣ ਨਹੀਂ ਐਤਕੀ ਕਿਤੇ ਸ਼ਾਮਲ ਹੋਇਆ, ਕੌਣ ਨਹੀਂ ਕਿਸੇ ਪਾਸੇ ਗਿਆ, ਸਵਾਲ ਇਹ ਆ। ਕਿਉਂਕਿ ਦੇਖੋ ਐਤਕੀ ਤਾਂ ਉਹ ਵੀ ਬੰਦੇ ਸਾਹਮਣੇ ਆਏ ਜਿਹੜੇ ਕੁਛ ਦਿਨਾਂ ਦੇ ਵਿੱਚ ਕਈ ਕਈ ਪਾਰਟੀਆਂ ਬਦਲ ਗਏ। ਜਗਵੀਰ ਸਿੰਘ ਬਰਾੜ ਆ ਜਿਹੜੇ ਉਹ ਸਾਬਕਾ ਵਿਧਾਇਕ ਆ, ਉਹ ਅਕਾਲੀ ਦਲ ਦੇ ਵਿੱਚ ਵੀ ਰਹੇ, ਉਹ ਕਾਂਗਰਸ ਦੇ ਵਿੱਚ ਵੀ ਰਹੇ, ਉਹ ਦੇਖੋ ਆਮ ਆਦਮੀ ਪਾਰਟੀ 'ਚ ਵੀ ਆਏ, ਪਰ ਕਹਿੰਦੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਉਹਨਾਂ ਦੇ ਮਨ ਦੀ ਵਿਥਿਆ ਨਹੀਂ ਸਮਝੀ ਗਈ, ਜਿਹਦੇ ਕਰਕੇ ਉਹ ਕਹਿੰਦੇ ਜੀ ਆਉਂਦੇ ਸਮੇਂ ਦੇ ਵਿੱਚ, ਆਉਂਦੇ ਕੁਝ ਘੰਟਿਆਂ ਦੇ ਵਿੱਚ ਕਹਿੰਦੇ ਉਹ ਸ਼ਾਮਲ ਹੋ ਸਕਦੇ ਜੀ ਕਿ ਬੀਜੇਪੀ ਦੇ ਵਿੱਚ। ਹੁਣ ਲੈ ਦੇਖ ਕੇ ਦੇਖੋ ਬੀਜੇਪੀ ਦੇ ਵਿੱਚ ਹੀ ਹੈ ਸਾਰਾ ਕੁਛ, ਬੀਜੇਪੀ ਦੇ ਵੱਲ ਹੀ ਸਾਰੇ ਜਾਈ ਜਾਂਦੇ ਆ। ਇਹ ਮੈਨੂੰ ਨਾ ਬੀਜੇਪੀ ਦੀ ਸਥਿਤੀ ਹੁਣ ਇਸ ਵੇਲੇ ਇਉਂ ਲੱਗਦੀ ਆ ਵੀ ਜਿਵੇਂ ਆਪਾਂ ਕਹਿੰਦੇ ਨੀ ਹੁੰਦੇ ਵੀ ਵਿਦੇਸ਼ ਦੇ ਵਿੱਚ ਫਲਾਣੀ ਕਬੱਡੀ ਫੈਡਰੇਸ਼ਨ ਕੱਪ ਕਰਾਉਂਦੀ ਆ, ਉਹ ਕੀ ਕਰਦੇ ਆ ਵੀ ਦੋ ਖਿਡਾਰੀ ਇੰਡੀਆ ਦੇ ਪਾਲੇ, ਦੋ ਪਾਕਿਸਤਾਨ ਦੇ ਪਾਲੇ, ਦੋ ਤਿੰਨ ਨਿਊਜ਼ੀਲੈਂਡ ਦੇ ਲੈ ਲਏ, ਇੱਕ ਦੋ ਆਸਟ੍ਰੇਲੀਆ ਦੇ ਚੱਕ ਲਏ, ਇੱਕ ਦੋ ਹੋਰ ਦੇਸ਼ ਦੇ ਲੈ ਲਏ, ਤੇ ਉਹ ਕਹਿ ਦਿੰਦੇ ਜੀ ਕਿ ਇਹ ਸਾਡੇ ਇਹ ਸਾਰੇ ਖਿਡਾਰੀ ਆ, ਇਹ ਸਾਡੇ ਵੱਲੋਂ ਖੇਡਣਗੇ, ਉਹ ਸਾਡੇ ਵੱਲੋਂ ਖੇਡਣਗੇ, ਆਹ ਚੱਕਰ ਦੇ ਵਿੱਚ ਗੱਲ ਰਹਿ ਜਾਂਦੀ ਆ। ਉਹ ਮੈਨੂੰ ਲੱਗਦਾ ਬੀਜੇਪੀ ਨੇ ਵੀ ਦੋ ਕਾਂਗਰਸ ਦੇ ਚੱਕ ਲਏ, ਦੋ ਉਹਦੇ ਚੱਕ ਲਏ, ਦੋ ਉਹਦੇ ਚੱਕ ਲਏ, ਤੇ ਕਹਿੰਦੇ ਜੀ ਇਹ ਸਾਡੇ ਵੱਲੋਂ ਖੇਡਣਗੇ। ਪਰ ਜਿਹੜੇ ਐਤਕੀ ਪੰਜਾਬ ਦੇ ਤੇ ਦੇਸ਼ ਦੇ ਲੋਕ ਆ, ਉਹ ਇਸ ਗੱਲੋਂ ਹੈਰਾਨ ਆ ਵੀ ਸਾਡੇ ਦੇਸ਼ ਦੇ ਰਾਜਨੀਤਿਕ ਲੋਕਾਂ ਨੇ ਡਰਾਮਾ ਕੀ ਫੜਿਆ, ਇਹ ਹਰਕਤਾਂ ਕਿਹੋ ਜਿਹੀਆਂ ਕਰਦੇ ਆ, ਲੱਛਣ ਇਹਨਾਂ ਦੇ ਕਿਹੋ ਜਿਹੇ ਆ, ਤੇ ਇਹਨਾਂ ਦੇ ਉੱਤੇ ਯਕੀਨ ਕਿਉਂ ਕਰਗੇ। ਦੇਸ਼ ਦੇ ਲੋਕ ਐਤਕੀ ਇਹਨਾਂ ਲੋਕਾਂ ਦੇ ਉੱਤੇ ਯਕੀਨ ਕਰਕੇ ਰਾਜ਼ੀ ਨਹੀਂ, ਦੇਸ਼ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਕਿ ਬੇਵਕੂਫ ਬਣਾਈ ਜਾਂਦੇ ਆ। ਸੋ ਦੇਖੋ ਨੇਤਾ ਬੜੇ ਜਾਣਗੇ, ਪਰ ਜਿਹੜਾ ਵੀ ਨੇਤਾ ਹੁਣ ਕਿਤੇ ਵੀ ਜਾਊਗਾ ਉਹਨੂੰ ਇਸ ਗੱਲ ਦਾ ਪਤਾ ਵੀ ਭਾਈ ਹੁਣ ਤਾਂ ਟਿਕਟਾਂ ਟੁੱਟਾਂ ਹੋਊਗੀਆਂ, ਮੈਦਾਨ 'ਚ ਜਿਹਨੇ ਆਉਣਾ ਸੀ ਆ ਗਿਆ, ਹੁਣ ਤਾਂ ਕੁਛ ਮਿਲਣਾ ਨਹੀਂ, ਇਹ 227 ਦੇ ਮੱਦੇਨਜ਼ਰ ਜਾ ਰਹੇ ਜੀ। ਜੀ ਬਿਲਕੁਲ ਸਹੀ ਕਹਿਣਾ ਸਾਹਿਬ, ਰਵਨੀਤ ਸਿੰਘ ਬਿੱਟੂ ਹੋਰਾਂ ਨੂੰ ਲੈ ਕੇ ਜਿਹੜਾ ਮਾਮਲਾ ਇਸ ਵੇਲੇ ਬਹੁਤ ਜ਼ਿਆਦਾ ਹਾਈਲਾਈਟਡ ਹੈ, ਉਹਨਾਂ ਦੀ ਆਡੀਓ ਕਲਿੱਪ ਨੂੰ ਲੈ ਕੇ, ਉਹਦੇ ਬਾਰੇ 'ਚ ਰਵਨੀਤ ਬਿੱਟੂ ਹੋਰੀ ਇਹ ਗੱਲ ਕਹਿੰਦੇ ਵੀ ਮੇਰੀ ਆਵਾਜ਼ ਦੀ ਕੱਟ ਵੱਢ ਕੇ ਫਿਰ ਆਡੀਓ ਕਲਿੱਪ ਤਿਆਰ ਕੀਤੀ ਗਈ ਹੈ, ਮੈਂ ਅਸਲ 'ਚ ਇਹ ਗੱਲਾਂ ਕਹੀਆਂ ਹੀ ਨਹੀਂ ਸੀ। ਦੇਖੋ ਜੀ ਗੱਲ ਇਹ ਆ ਵੀ ਜਦੋਂ ਕੋਈ ਚੱਕਰ ਪੈ ਜਾਂਦਾ ਨਾ ਉਦੋਂ ਸਾਰੇ ਇਵੇਂ ਕਹਿੰਦੇ ਹੁੰਦੇ ਆ, ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਜਿਹੜੀ ਉਹ ਆਵਾਜ਼ ਆ ਉਹ ਆਉਂਦੇ ਸਮੇਂ ਦੇ ਵਿੱਚ ਜਦੋਂ ਕਿਤੋਂ ਵੀ ਚੈੱਕ ਕਰਾਈ ਜਾਊਗੀ ਤੇ ਜੇਕਰ ਨਿਰਪੱਖ ਤਰੀਕੇ ਨਾਲ ਚੈੱਕ ਕਰਾਈ ਜਾਵੇ ਤਾਂ ਸ਼ਾਇਦ ਲੋਕ ਹੈਰਾਨ ਹੋ ਜਾਣ, ਕਿਉਂਕਿ ਜਿਸ ਤਰੀਕੇ ਦੇ ਨਾਲ ਰਵਨੀਤ ਬਿੱਟੂ ਹੋਰਾਂ ਦੇ ਵੱਲੋਂ ਤਾਂ ਇਨਕਾਰ ਕਰ ਦਿੱਤਾ ਗਿਆ, ਉਹ ਕਹਿੰਦੇ ਜੀ ਮੇਰੀ ਆਵਾਜ਼ ਹੀ ਨਹੀਂ, ਇਹ ਤਾਂ ਮੇਰੀ ਆਵਾਜ਼ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਉਹ ਕਹਿੰਦੇ ਜੀ ਇਹ ਤਾਂ ਮੇਰੀ ਆਵਾਜ਼ ਦੇ ਨਾਲ ਗਲਤ ਛੇੜਛਾੜ ਕੀਤੀ ਗਈ ਆ ਤੇ ਮੇਰੀ ਇਮੇਜ ਖਰਾਬ ਕਰਨ ਦੇ ਲਈ ਸਾਰਾ ਕੁਝ ਕੀਤਾ ਗਿਆ, ਉਹਨਾਂ ਨੇ ਤਾਂ ਕਹਿਤੀ ਹੈ ਇਹ ਗੱਲ। ਪਰ ਹਕੀਕਤ ਇਹ ਹੈ ਜੀ ਕਿ ਇਹ ਬਿਲਕੁਲ ਰਵਨੀਤ ਬਿੱਟੂ ਦੀ ਆਵਾਜ਼ ਆ, ਜਾਂ ਕਹਿ ਲਈਏ ਉਹਨਾਂ ਵਰਗੀ ਆਵਾਜ਼ ਆ ਜਿਹੜੀ ਕਿ ਸਿਮਰਜੀਤ ਸਿੰਘ ਬੈਂਸ ਦੇ ਨਾਲ ਹੋਈ ਗੱਲਬਾਤ ਦਾ ਅੰਸ਼ ਹੈਗਾ। ਸੋ ਰਵਨੀਤ ਬਿੱਟੂ ਨੇ ਕਿਹਾ ਜੀ ਕਿ ਮੈਂ ਉਹਨਾਂ ਅਦਾਰਿਆਂ ਦੇ ਉੱਤੇ ਉਹਨਾਂ ਲੋਕਾਂ ਦੇ ਉੱਤੇ ਕੇਸ ਦਰਜ ਕਰਵਾਊਂਗਾ ਜਿਹੜੇ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਚਲਾਇਆ ਗਿਆ, ਇਸ ਆਡੀਓ ਕਲਿੱਪ ਨੂੰ ਚਲਾਇਆ ਗਿਆ, ਜਿਨ੍ਹਾਂ ਨੇ ਇਸ ਖਬਰ ਨੂੰ ਪ੍ਰਸਾਰਿਤ ਕੀਤਾ ਹੈਗਾ। ਰੱਬ ਜਾਣਦਾ ਭਾਈ ਕੱਲ ਨੂੰ ਕੀ ਕਰਨਗੇ ਕੀ ਨਹੀਂ ਕਰਦੇ, ਪਰ ਗੱਲ ਇਹ ਆ ਵੀ ਸਾਡੇ ਸੂਬੇ ਦੇ ਲੋਕਾਂ ਨੂੰ ਤੋਲ ਕੇ ਬੋਲਣਾ ਚਾਹੀਦਾ ਕਿਸੇ ਦੇ ਬਾਰੇ ਵੀ। ਜੇ ਤਾਂ ਤੁਹਾਡੇ ਵਾਲੀ ਪਾਰਟੀ 'ਚ ਆ ਗਿਆ ਤੁਸੀਂ ਕਹਿ ਦਿੰਦੇ ਚੰਗਾ ਬਹੁਤ ਆ, ਜੇ ਕਿਸੇ ਹੋਰ 'ਚ ਚਲਾ ਗਿਆ ਕਹਿ ਦਿੰਦੇ ਮਾੜਾ ਬਹੁਤ ਆ। ਜੇ ਅੱਜ ਰਵਨੀਤ ਬਿੱਟੂ ਦਾ ਕੱਦ ਘਟਿਆ, ਦੇਖੋ ਇਹ ਬਿਲਕੁਲ ਗੱਲ ਸੱਚੀ ਹੈ ਕਿ ਉਹਦਾ ਕੱਦ ਘਟਿਆ, ਤੇ ਉਹ ਕੱਦ ਘਟੇ ਦਾ ਕਾਰਨ ਇਹ ਕਿ ਉਹਨੇ ਛੜੱਪਾ ਮਾਰ ਲਿਆ, ਜਿਹੜਾ ਛੜੱਪਾ ਮਾਰ ਲਿਆ ਬੀਜੇਪੀ ਦੇ ਵਿੱਚ ਵਿਰੋਧ ਪੈਦਾ ਹੋ ਗਿਆ, ਜਿਹੜੇ ਟਕਸਾਲੀ ਬੀਜੇਪੀ ਦੇ ਨੇਤਾ ਉਹ ਵੀ ਨਾਲ ਹੈ ਨੀਗੇ, ਉਹ ਕਹਿੰਦੇ ਵੀ ਕੱਲ ਸਾਡੇ ਸਿਰ ਤੇ ਬਿਠਾਏ ਆ ਇਹ। ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਇਸ ਵੇਲੇ ਬਾਕੀ ਹੋਰ ਵੱਖ ਵੱਖ ਬੀਜੇਪੀ ਦੇ ਉਮੀਦਵਾਰਾਂ ਦਾ ਹਾਲ ਆ, ਪਰ ਗੱਲ ਇਹ ਜੀ ਕਿ ਹਾਲੇ ਬਹੁਤ ਕੁਛ ਹੋਣਾ ਬਾਕੀ ਆ,
ਦਿਨ ਦੇਖੋ ਹਾਲੇ 10 ਕੁ ਪਏ ਆ, 9-10 ਦਿਨ ਪਏ ਆ, ਹਾਲੇ ਕਈਆਂ ਦੀਆਂ ਵੀਡੀਓ ਤੇ ਕਈਆਂ ਦੀਆਂ ਆਡੀਓ ਕਲਿੱਪਾਂ ਆਉਣੀਆਂ ਜੀ। ਬਿਲਕੁਲ ਸਹੀ ਟਾਣਾ ਸਾਹਿਬ, ਹਾਲੇ ਬਹੁਤ ਕੁਝ ਵਾਪਰਨਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ। ਖੈਰ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਡੇਰਾ ਮੁਖੀ ਦੀ। ਆਪਾਂ ਖਬਰ ਦੇ ਵਿੱਚ ਕੱਲ ਵੀ ਇਸ ਗੱਲ ਦੀ ਸਾਂਝ ਪਾਈ ਸੀ ਖਬਰਾਂ ਦੇ ਵਿੱਚ ਕਿ ਡੇਰਾ ਮੁਖੀ ਬਾਹਰ ਆਉਣਾ ਚਾਹੁੰਦਾ ਇੱਕ ਵਾਰ ਫਿਰ ਤੋਂ। ਕਹਿੰਦਾ ਜੀ ਮੇਰਾ ਹੱਕ ਹੈ 41 ਦਿਨ ਦੇ ਲਈ ਮੈਂ ਬਾਹਰ ਆ ਸਕਦਾ। ਕਹਿੰਦੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਡੇਰਾ ਮੁਖੀ ਨੇ। ਦੇਖੋ ਜੀ, ਹੱਕ ਤਾਂ ਬੰਦੀ ਸਿੰਘਾਂ ਦਾ ਵੀ ਆ, ਹੱਕ ਸਭ ਦਾ ਹੀ ਹੁੰਦਾ, ਹੱਕ ਕਿਸੇ ਵਿਅਕਤੀ ਵਿਸ਼ੇਸ਼ ਦਾ ਇੱਕ ਦਾ ਨਹੀਂ ਹੁੰਦਾ। ਹੱਕ ਜੇਕਰ ਆਪਾਂ ਮੰਗਣ ਲੱਗ ਗਏ ਤਾਂ ਭਾਈ ਹੱਕਾਂ ਦੀ ਸਾਰਿਆਂ ਨੇ ਦੀ ਗੱਲ ਹੋਣੀ ਚਾਹੀਦੀ ਆ। ਪਰ ਦੁੱਖ ਇਸ ਗੱਲ ਦਾ ਕਿ ਭਾਈ ਹੱਕ ਦੇ ਉੱਤੇ ਕਈ ਲੋਕ ਹੱਕਦਾਰ ਲੋੜੋਂ ਵੱਧ ਬਣ ਜਾਂਦੇ ਆ ਤੇ ਕਈ ਲੋਕਾਂ ਦੇ ਹੱਕ ਦਰੜ ਦਿੱਤੇ ਜਾਂਦੇ ਆ। ਸੋ ਬੰਦੀ ਸਿੰਘਾਂ ਦੇ ਹੱਕਾਂ ਦੇ ਵੱਲ ਖਿਆਲ ਕੋਈ ਨਹੀਂ ਗਾ ਤੇ ਭਾਈ ਡੇਰਾ ਮੁਖੀ ਕਹਿੰਦਾ ਮੇਰੇ ਹੱਕ ਹੈਗੇ ਆ। ਸੋ ਆਪਾਂ ਜਾਣਦੇ ਜੀ ਕਿ ਡੇਰਾ ਮੁਖੀ ਇਸ ਵੇਲੇ ਪਿਛਲੇ ਕੁਝ ਕੁ ਸਮੇਂ ਤੋਂ ਜੇਲ੍ਹ ਦੇ ਵਿੱਚ ਆ, ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ, ਉਹਦੀ ਕੋਈ ਪੇਸ਼ਗੀ ਨਹੀਂ ਚੱਲ ਰਹੀ। ਵੈਸੇ ਲੰਮੇ ਸਮੇਂ ਬਾਅਦ ਇਹ ਪਹਿਲੀ ਵਾਰ ਦੇਖਣ ਦੇ ਵਿੱਚ ਆਇਆ ਕਿ ਗੁਰਮੀਤ ਰਾਮ ਰਹੀਮ ਆ ਜਿਹੜਾ ਉਹ ਇਸ ਵੇਲੇ ਵੋਟਾਂ ਦੇ ਮੌਕੇ ਵੀ ਜੇਲ੍ਹ ਦੇ ਅੰਦਰ ਆ। ਆਮ ਤੌਰ ਦੇ ਉੱਤੇ ਵੋਟਾਂ ਦੇ ਮੌਕੇ ਜੇਲ੍ਹ ਦੇ ਵਿੱਚੋਂ ਬਾਹਰ ਹੁੰਦਾ, ਐਤਕੀ ਮਜਬੂਰੀਆਂ ਦੇ ਵਿੱਚ ਅੰਦਰ ਆ। ਵੇਨੇ ਭਾਈ ਕੀ ਬਣਦਾ ਇਸ ਮਾਮਲੇ ਦੇ ਵਿੱਚ। ਪਰ ਗੱਲ ਇਹ ਜੀ ਕਿ ਉਹਨੇ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ, ਉਹਨੇ ਇਹ ਗੱਲ ਕਹੀ ਹੈ ਜੀ ਕਿ ਇਹ ਮੇਰੀ ਪੈਰੋਲ ਫਰਲੋ ਲੈਣੀ ਮੇਰਾ ਹੱਕ ਆ, ਮੇਰਾ ਕਾਨੂੰਨੀ ਅਖਤਿਆਰ ਹੈਗਾ ਤੇ ਮੈਨੂੰ ਇਸ ਅਧਿਕਾਰ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਹਦਾ ਤਾਂ ਇਹ ਵੀ ਕਹਿਣਾ ਹੈਗਾ ਕਿ ਭਾਈ ਮੈਂ ਕੋਈ ਵੱਖਰਾ ਗੁਣਾਹ ਨਹੀਂ ਕੀਤਾ ਹੈਗਾ, ਜੋ ਨਿਯਮਾਂ ਦੇ ਮੁਤਾਬਕ ਆ ਤੇ ਨਿਯਮਾਂ ਦੇ ਮੁਤਾਬਕ ਹੀ ਉਹ ਕਹਿੰਦਾ ਜੀ ਮੈਨੂੰ ਸਾਰੀ ਸਹੂਲਤ ਮਿਲਣੀ ਚਾਹੀਦੀ ਆ। ਸੋ ਵੇਲੇ ਭਾਈ ਉਹਨੂੰ ਕੋਈ ਸਹੂਲਤ ਮਿਲਦੀ ਹੈ ਕਿ ਨਹੀਂ, ਉਹਨੂੰ ਪੈਰੋਲ ਦੇ ਉੱਤੇ ਬਾਹਰ ਆਉਣ ਦਾ ਮੌਕਾ ਮਿਲਦਾ ਕਿ ਨਹੀਂ। ਉਹ ਤਾਂ ਇਹ ਗੱਲ ਕਹਿੰਦਾ ਜੀ ਕਿ ਮੈਂ ਹੱਕਦਾਰ ਹਾਂ, ਪਰ ਅਦਾਲਤ ਉਹਨੂੰ ਹੱਕਦਾਰ ਮੰਨਦੀ ਹੈ ਕਿ ਨਹੀਂ ਵੇਨੇ ਆ। ਉਦਾਂ ਵੈਸੇ 2 ਕੁ ਮਹੀਨੇ ਅੰਦਰ ਲਾ ਕੇ 1.5 ਕੁ ਮਹੀਨਾ ਬਾਹਰ ਲਾ ਜਾਂਦਾ ਹੁੰਦਾ ਗੁਰਮੀਤ ਰਾਮ ਰਹੀਮ। ਪਿਛਲੀ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਦੇ ਉੱਤੇ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਗੱਲ ਦਾ ਫੈਸਲਾ ਕੀਤਾ ਸੀ ਕਿ ਭਵਿੱਖ ਦੇ ਵਿੱਚ ਜਦੋਂ ਵੀ ਰੋਹਤਕ ਦੀ ਸੁਨਾਰੀਆ ਜੇਲ੍ਹ ਨੇ ਫੈਸਲਾ ਲੈਣਾ ਵੀ ਭਾਈ ਇਹਨੂੰ ਪੈਰੋਲ ਤੇ ਭੇਜਣਾ ਤੇ ਨਾਲ ਦੀ ਨਾਲ ਉਹ ਕਹਿੰਦੇ ਜੀ ਕਿ ਅਦਾਲਤ ਤੋਂ ਇਜਾਜ਼ਤ ਲੈਣੀ ਪਊਗੀ। ਮੇਰਾ ਖਿਆਲ ਆ ਵੀ ਇਸੇ ਕਰਕੇ ਐਤਕੀ ਉਹਨੂੰ ਸਮੱਸਿਆ ਆ ਰਹੀ ਹੈ। ਜੀ ਬਿਲਕੁਲ ਟਾਣਾ ਸਾਹਿਬ, ਅੱਗੇ ਵੱਧਦੇ ਹਾਂ, ਗੱਲ ਕਰਦੇ ਹਾਂ ਜੀ ਹੁਣ ਆਪਾਂ ਸੰਧਵਾਂ ਪਿੰਡ ਦੀ। ਸੰਧਵਾਂ ਪਿੰਡ ਪੰਜਾਬ ਦੀ ਰਾਜਨੀਤਿਕ ਜਿਹੜੀ ਰਾਜਧਾਨੀ ਰਿਹਾ ਜੀ। ਹਾਂ ਬਿਲਕੁਲ ਜੀ, ਦੇਖੋ ਵੱਖ ਵੱਖ ਪਿੰਡਾਂ ਦਾ ਵੱਖੋ ਵੱਖਰੇ ਕੰਮਾਂ ਦੇ ਕਰਕੇ ਨਾਂ ਥਾਂ ਹੁੰਦਾ, ਜਿਵੇਂ ਕਿ ਬਾਦਲ ਪਿੰਡ ਦਾ ਨਾਂ ਬਾਦਲ ਪਰਿਵਾਰ ਦੇ ਕਰਕੇ ਰਾਜਨੀਤੀ ਦੇ ਕਰਕੇ ਬਣਿਆ, ਜਿਵੇਂ ਕਿ ਸੰਸਾਰਪੁਰ ਪਿੰਡ ਦਾ ਨਾਂ ਹਾਕੀ ਦੇ ਕਰਕੇ ਬਣਿਆ, ਜਿਵੇਂ ਕਿ ਮਾਲਪੁਰ ਪਿੰਡ ਦਾ ਨਾਂ ਫੁੱਟਬਾਲ ਦੇ ਕਰਕੇ ਬਣਿਆ, ਹੋਰ ਬਹੁਤ ਸਾਰੇ ਪਿੰਡ ਆ ਵੱਖੋ ਵੱਖਰੀਆਂ ਗੱਲਾਂ ਕਰਕੇ ਮਸ਼ਹੂਰ ਆ। ਕੋਈ ਦੇਖੋ ਜੀ ਤਿੱਲੇਦਾਰ ਜੁੱਤੀ ਬਣਾਉਣ ਕਰਕੇ ਮਸ਼ਹੂਰ ਆ, ਕਿਸੇ ਪਿੰਡ ਦੇ ਗਵਈਏ ਬੜੇ ਮਸ਼ਹੂਰ ਆ, ਕਿਸੇ ਪਿੰਡ ਦੇ ਬਿਜ਼ਨਸਮੈਨ ਬੜੇ ਮਸ਼ਹੂਰ ਆ, ਕਈ ਪਿੰਡ ਵਿਦੇਸ਼ਾਂ ਦੇ ਵਿੱਚ ਜਾਣ ਵਾਲੇ ਲੋਕਾਂ ਕਰਕੇ ਬੜੇ ਮਸ਼ਹੂਰ ਆ, ਕੋਈ ਪਿੰਡ ਦੇ ਵਿੱਚ ਕੋਈ ਅਫਸਰ ਬਹੁਤ ਮਸ਼ਹੂਰ ਆ। ਸੋ ਇਸ ਤਰੀਕੇ ਦੀਆਂ ਗੱਲਾਂ ਹੁੰਦੀਆਂ। ਪਰ ਜਿਹੜਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸਾਡੇ ਪਿੰਡ ਟਹਿਣੇ ਤੋਂ ਕੁਝ ਕੁ ਕਿਲੋਮੀਟਰ ਦੂਰ ਪਿੰਡ ਆ ਸੰਧਵਾਂ, ਇਸ ਪਿੰਡ ਦੇ ਵਿੱਚ ਰਾਜਨੀਤੀ ਦੇ ਨਾਲ ਜੁੜੇ ਹੋਏ ਲੋਕ ਬੜੇ ਪੈਦਾ ਹੋਏ ਆ। ਆਪਾਂ ਗੱਲ ਗਿਆਨੀ ਜੈਲ ਸਿੰਘ ਤੋਂ ਸ਼ੁਰੂ ਕਰਦੇ ਹਾਂ। ਗਿਆਨੀ ਜੈਲ ਸਿੰਘ ਭਾਰਤ ਦੇ ਰਾਸ਼ਟਰਪਤੀ ਵੀ ਰਹੇ ਆ, ਗ੍ਰਹਿ ਮੰਤਰੀ ਵੀ ਰਹੇ ਆ, ਕੇਂਦਰੀ ਗ੍ਰਹਿ ਮੰਤਰੀ, ਪੰਜਾਬ ਦੇ ਸੀਐਮ ਵੀ ਰਹੇ ਤੇ ਹੋਰ ਕਈ ਅਹੁਦਿਆਂ ਦੇ ਉੱਤੇ ਵੀ। ਉਹ ਸੰਧਵਾਂ ਪਿੰਡ ਦੇ ਜੰਮਪਲ ਆ ਤੇ ਇਸੇ ਪਿੰਡ ਦੇ ਸਰਦਾਰ ਜਸਵਿੰਦਰ ਸਿੰਘ ਬਰਾੜ ਰਹੇ ਆ। ਜਸਵਿੰਦਰ ਸਿੰਘ ਬਰਾੜ ਅਕਾਲੀ ਦਲ ਦੇ ਆਗੂ, ਉਹ ਵੀ ਆਪਣੇ ਵੇਲੇ ਦੇ ਵਿੱਚ ਇੱਕ ਵਾਰ ਵਿਰੋਧੀ ਧਿਰ ਦੇ ਨੇਤਾ ਰਹੇ ਆ ਤੇ ਇੱਕ ਵਾਰ ਉਹ ਸਹਿਕਾਰਤਾ ਮੰਤਰੀ ਬਣਨ 'ਚ ਕਾਮਯਾਬ ਹੋਏ ਆ, ਇਸੇ ਸੰਧਵਾਂ ਪਿੰਡ ਦੇ ਜੰਮਪਲ। ਤੇ ਇੱਕ ਵੇਲਾ ਹਰਮਨ ਐਸਾ ਸੀਗਾ ਹਰਮਨ ਜੀ ਕਿ ਇੱਕ ਪਾਸੇ ਗਿਆਨੀ ਜੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ, ਇਸੇ ਪਿੰਡ ਦੇ ਵਿਰੋਧੀ ਧਿਰ ਦੇ ਨੇਤਾ ਜਸਵਿੰਦਰ ਸਿੰਘ ਬਰਾੜ ਸੀ। ਯਾਨੀ ਕਿ ਸੱਤਾਧਾਰੀ ਧਿਰ ਦੀ ਕਮਾਨ ਵੀ ਇੱਕੋ ਪਿੰਡ ਦੇ ਬੰਦੇ ਕੋਲੇ ਤੇ ਵਿਰੋਧੀ ਧਿਰ ਦੀ ਕਮਾਨ ਵੀ ਇੱਕੋ ਪਿੰਡ ਦੇ ਬੰਦੇ ਦੇ ਕੋਲੇ। ਫਿਰ ਗੱਲ ਕਰ ਲਓ ਤੁਸੀਂ ਮਨਤਾਰ ਸਿੰਘ ਬਰਾੜ ਦੀ,
ਜਿਹੜੇ ਅਕਾਲੀ ਦਲ ਦੇ ਵਿੱਚ 3 ਵਾਰ ਵਿਧਾਇਕ ਰਹੇ ਤੇ ਸੰਸਦੀ ਸਕੱਤਰ ਵੀ ਰਹੇ। ਮਨਤਾਰ ਸਿੰਘ ਬਰਾੜ ਹੁਣ ਸਾਬਕਾ ਵਿਧਾਇਕ ਆ, ਕੋਟਕਪੂਰੇ ਰਹਿੰਦੇ ਆ, ਉਹ ਵੀ ਇਸੇ ਪਿੰਡ ਦੇ ਜੰਪਲ ਆ, ਯਾਨੀ ਕਿ ਸੰਧਵਾਂ ਦੇ। ਹੁਣ ਗੱਲ ਕਰ ਲਓ ਕੁਲਤਾਰ ਸਿੰਘ ਸੰਧਵਾਂ ਦੀ। ਕੁਲਤਾਰ ਸਿੰਘ ਸੰਧਵਾਂ ਜਿਹੜੇ ਇਸ ਵੇਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਆ, ਆਮ ਆਦਮੀ ਪਾਰਟੀ ਦੇ ਵਿੱਚ 2ਵੀ ਵਾਰ ਵਿਧਾਇਕ ਬਣੇ ਆ, ਉਹ ਵੀ ਇਸੇ ਪਿੰਡ ਦੇ ਜੰਪਲ ਆ। ਯਾਨੀ ਕਿ ਇਸ ਪਿੰਡ ਨੂੰ ਆਪਾਂ ਰਾਜਨੀਤੀ ਦੀ ਰਾਜਧਾਨੀ ਵੀ ਕਹਿ ਸਕਦੇ ਹਾਂ, ਕਿਉਂਕਿ ਅਸੀਂ ਪੜ੍ਹਦੇ ਪੁੜ੍ਹਦੇ ਨੀਗੇ, ਸਾਨੂੰ ਪਤਾ ਹੀ ਨਹੀਂ ਲੱਗਦਾ ਗਾ ਵੀ ਭਾਈ ਕਿਹੜੇ ਪਿੰਡ ਦੀ ਅਹਿਮੀਅਤ ਕੀ ਆ, ਕਿਹੜੇ ਪਿੰਡ 'ਚ ਕੌਣ ਵੱਡੀ ਸ਼ਖਸੀਅਤ ਪੈਦਾ ਹੋਈ। ਤੇ ਕਈ ਵਾਰੀ ਆਪਾਂ ਕਿਸੇ ਨੂੰ ਵੱਡੀ ਮੰਨਦੇ ਨਹੀਂ ਹੁੰਦੇ, ਕਿਉਂਕਿ ਅਸੀਂ ਭਰਮ 'ਚ ਫਿਰਦੇ ਹੁੰਦੇ ਵੀ ਮੈਥੋਂ ਵੱਡਾ ਕੌਣ ਆ। ਪਰ ਜਿਹੜੇ ਵੀ ਬੰਦੇ ਨੇ ਕੋਈ ਵੀ ਕਾਮਯਾਬੀ ਹਾਸਲ ਕੀਤੀ ਆ, ਉਹਦੀ ਘਾਲਣਾ ਹੁੰਦੀ ਆ, ਉਹਨੇ ਬਹੁਤ ਕੁਝ ਗਵਾਇਆ ਹੁੰਦਾ, ਉਹਨੇ ਬਹੁਤ ਮਿਹਨਤ ਕੀਤੀ ਹੁੰਦੀ ਆ, ਤੇ ਤਾਂ ਜਾ ਕੇ ਬੰਦਾ ਆਪਦਾ ਨਾਂ ਕਾਮਯਾਬ ਕਰਦਾ, ਤੇ ਤਾਂ ਜਾ ਕੇ ਪਿੰਡ ਦਾ ਨਾਂ ਕਾਮਯਾਬ ਹੁੰਦਾ ਜੀ। ਬਿਲਕੁਲ ਸਹੀ, 100% ਸਹੀ ਹੈ ਤੁਹਾਡੀ ਗੱਲ। ਖੈਰ ਅੱਗੇ ਵੱਧਦੇ ਹਾਂ, ਗੱਲ ਕਰਦੇ ਹਾਂ ਜੀ ਹੁਣ ਭਗਤ ਚੁੰਨੀ ਲਾਲ ਹੋਰਾਂ ਦੀ। ਕਹਿੰਦੇ ਕਿ ਉਹਨਾਂ ਦਾ ਕਹਿਣਾ ਹੈ ਕਿ ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲਿਆ। ਦੇਖੋ ਜੀ, ਭਗਤ ਚੁੰਨੀ ਲਾਲ ਨੇ ਜਿਹੜੇ ਇਹ ਬਜ਼ੁਰਗ ਸਿਆਸਤਦਾਨ ਨੇ। ਹੁਣ ਭਗਤ ਚੁੰਨੀ ਲਾਲ ਜਦੋਂ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀ ਸਰਕਾਰ ਹੁੰਦੀ ਸੀ, ਤੇ ਉਸ ਵੇਲੇ ਇਹ ਪੰਜਾਬ ਦੇ ਕੈਬਨਿਟ ਮੰਤਰੀ ਵੀ ਰਹੇ ਆ। ਇਹਨਾਂ ਦਾ ਪੁੱਤ ਆ ਜਿਹੜਾ ਮਹਿੰਦਰ ਭਗਤ, ਉਹ ਆਮ ਆਦਮੀ ਪਾਰਟੀ 'ਚ ਆ ਗਿਆ ਸੀ ਕੁਝ ਕੁ ਸਮਾਂ ਪਹਿਲਾਂ, ਜਿਹਦੇ ਕਰਕੇ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਆਪਣੇ ਪੁੱਤ ਦੇ ਵਿਚਾਰਾਂ ਨਾਲ ਸਹਿਮਤ ਨਹੀਂ, ਪਰ ਮੈਂ ਬੀਜੇਪੀ ਦੇ ਵਿੱਚ ਹੀ ਹਾਂ। ਹੁਣ ਕੱਲ ਇਹਨਾਂ ਨੇ ਲੰਘੇ ਕੱਲ ਇੱਕ ਵੀਡੀਓ ਕਲਿੱਪ ਜਾਰੀ ਕੀਤੀ ਆ ਬਜ਼ੁਰਗ ਨੇ। ਉਹਨਾਂ ਨੇ ਕਿਹਾ ਜੀ ਕਿ ਜਦੋਂ ਮੈਂ ਰਾਜਨੀਤੀ ਨੂੰ ਅਲਵਿਦਾ ਕਹਿ ਦਿੱਤੀ ਆ, ਮੈਂ ਸਰਗਰਮ ਸਿਆਸਤ ਦੇ ਵਿੱਚ ਨਹੀਂ ਆ, ਤੇ ਕੋਈ ਵੀ ਉਮੀਦਵਾਰ ਮੇਰੀ ਫੋਟੋ ਪੋਸਟਰ ਦੇ ਉੱਤੇ ਬੋਰਡ ਦੇ ਉੱਤੇ ਬਿਲਕੁਲ ਨਾ ਵਰਤੇ। ਉਹਨਾਂ ਨੇ ਇਹ ਗੱਲ ਕਹੀ ਆ ਵੀ ਮੈਂ ਹੈਰਾਨ ਆ ਵੀ ਕਈ ਲੋਕ ਹਾਲੇ ਵੀ ਫੋਟੋਆਂ ਵਰਤੀ ਜਾਂਦੇ ਆ। ਉਹਨਾਂ ਨੇ ਕਿਹਾ ਜੀ ਕਿ ਮੇਰੀਆਂ ਫੋਟੋਆਂ ਨਾ ਵਰਤੋ। ਅਸਲ ਦੇ ਵਿੱਚ ਗੱਲ ਇਹ ਵੀ ਆ ਵੀ ਜਿਹੜੇ ਬਜ਼ੁਰਗ ਨੇਤਾ ਨੇ ਨਾ ਬੀਜੇਪੀ ਦੇ ਵਿੱਚ, ਜਿਹੜੇ ਲੰਮੇ ਸਮੇਂ ਤੋਂ ਕਈ ਕਈ ਦਹਾਕਿਆਂ ਤੋਂ ਉਮਰ ਦਾ ਵੱਡਾ ਹਿੱਸਾ ਬੀਜੇਪੀ ਦੇ ਵਿੱਚ ਲਾ ਚੁੱਕੇ, ਲੇਖੇ ਲਾ ਚੁੱਕੇ ਆ, ਉਹ ਇਸ ਵੇਲੇ ਨਿਰਾਸ਼ਾ ਦੇ ਆਲਮ ਦੇ ਵਿੱਚ ਵੀ ਆ। ਉਹਨਾਂ ਨੂੰ ਇਸ ਗੱਲ ਦਾ ਦੁੱਖ ਆ ਵੀ ਯਾਰ ਸਾਡਾ ਕਸੂਰ ਕੀ ਆ, ਕਿਉਂਕਿ ਜਿਹੜੇ ਨਵੇਂ ਆਏ ਆ, ਕੋਈ ਸਾਲ ਕੁ ਪਹਿਲਾਂ ਆਪ ਦੇ ਵਿੱਚੋਂ ਬੀਜੇਪੀ 'ਚ ਆ ਗਿਆ ਉਹਨੂੰ ਚੰਗਾ ਅਹੁਦਾ ਮਿਲ ਗਿਆ, ਕੋਈ 2 ਕੁ ਸਾਲ ਪਹਿਲਾਂ ਕਾਂਗਰਸ ਦੇ ਵਿੱਚੋਂ ਆ ਗਿਆ ਉਹਨੂੰ ਰੁਤਬਾ ਮਿਲ ਗਿਆ। ਉਹ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੇ ਉਮਰਾਂ ਲਾਈਆਂ ਇੱਥੇ, ਉਹ ਇਸ ਗੱਲੋਂ ਹੈਰਾਨ ਤੇ ਹੱਕੇ ਬੱਕੇ ਵੀ ਯਾਰ ਸਾਡਾ ਕਸੂਰ ਕੀ ਆ, ਸਾਨੂੰ ਕਿਹੜੀ ਗੱਲੋਂ ਦਰਕਿਨਾਰ ਕੀਤਾ ਗਿਆ। ਉਹ ਇਸ ਗੱਲੋਂ ਹੈਰਾਨ ਪਰੇਸ਼ਾਨ ਹੈਗੇ ਆ। ਸੋ ਗੱਲ ਇਹ ਆ ਵੀ ਇਸ ਵੇਲੇ ਜ਼ਰੂਰਤ ਇਸ ਗੱਲ ਦੀ ਆ ਕਿ ਭਾਈ ਬੀਜੇਪੀ ਆਪਣੇ ਟਕਸਾਲੀਆਂ ਨੂੰ ਵੀ ਮੌਕਾ ਦੇਵੇ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਲਾਇਆ ਹੈਗਾ, ਪਰ ਨਵੀਆਂ ਗੁੱਡੀਆਂ ਨਵੇਂ ਪਟੋਲੇ, ਉਹ ਜਿਵੇਂ ਇੱਕ ਗੀਤ ਦੇ ਬੋਲ ਆ ਕਿ ਨਵਿਆਂ ਦੇ ਲੜ ਲੱਗ ਕੇ ਭੁੱਲ ਗਈ ਯਾਰ ਪੁਰਾਣੇ। ਸੋ ਇਹ ਆ ਜੀ ਕਿ ਬੀਜੇਪੀ ਦੀ ਗੱਲ ਕਰੀਏ, ਉਹ ਵੀ ਪੁਰਾਣਿਆਂ ਨੂੰ ਭੁੱਲ ਗਏ ਤੇ ਨਵਿਆਂ ਦੇ ਚੱਕਰ ਦੇ ਵਿੱਚ ਜੀ। ਜੀ ਬਿਲਕੁਲ ਕਹਿਣਾ ਸਾਹਿਬ, ਇੱਕ ਬੜੀ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ। ਲੋਕ ਵੀ ਬਹੁਤ ਅਣਗਹਿਲੀ ਦੇ ਨਾਲ ਸੜਕ ਦੇ ਉੱਪਰ ਚੱਲਦੇ ਨੇ, ਬਹੁਤ ਸਾਰੀਆਂ ਸੜਕੀ ਦੁਰਘਟਨਾਵਾਂ ਦੀਆਂ ਖਬਰਾਂ ਹਰ ਰੋਜ਼ ਸਾਹਮਣੇ ਆਉਂਦੀਆਂ ਨੇ। ਆ ਹੁਣ ਵੀ ਖਬਰ ਆਈ ਹੈ, ਕਹਿੰਦੇ ਟੀਨੂ ਹੋਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ ਆਗੂ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ ਜੀ, ਕੌਣ ਨੇ? ਦੇਖੋ ਜੀ, ਇਹ ਨਾ ਡਾਕਟਰ ਮਹਿੰਦਰਪਾਲ ਸਿੰਘ ਨੇ, ਡਾਕਟਰ ਮਹਿੰਦਰਪਾਲ ਸਿੰਘ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਮੈਡੀਕਲ ਸੈੱਲ ਦੇ ਆਗੂ ਸੀਗੇ। ਇਹ ਜੇ ਮੈਂ ਗਲਤ ਨਾ ਹੋਵਾਂ ਤਾਂ ਕਰਤਾਰਪੁਰ ਦੇ ਵੱਲ ਸੀ, ਲਿੱਦੜ ਪਿੰਡ ਦੇ ਵੱਲ, ਤੇ ਇਹ ਆਉਂਦੇ ਸੀ ਕਿ ਟੀਨੂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ। ਇਹ ਗੱਡੀ ਤੇ ਆ ਰਹੇ ਸੀ, ਰਾਹ ਦੇ ਵਿੱਚ ਪਤਾ ਲੱਗਾ ਜੀ ਕਿ ਇੱਕ ਟਿੱਪਰ ਖੜਾ ਸੀ, ਤੇ ਉਹ ਟਿੱਪਰ ਦੇ ਵਿੱਚ ਇਹ ਗੱਡੀ ਵੱਜ ਗਈ। ਤੇ ਕਿਉਂਕਿ ਉਹ ਸੜਕ ਦੇ ਉੱਤੇ ਅੱਜ ਲੋਕ ਤਾਂ ਮੂਰਖ ਮੱਤੇ ਹੈਗੇ ਹੀ ਆ, ਕਿਤੇ ਵੀ ਮੂੰਹ ਚੱਕ ਕੇ ਆਪਦੀ ਗੱਡੀ ਖੜੀ ਕਰ ਦਿੰਦੇ ਆ। ਸੋ ਇਸ ਕਰਕੇ ਇਹਨਾਂ ਦੀ ਵਿਚਾਰਿਆਂ ਦੀ ਮੌਤ ਹੋ ਗਈ ਆ। ਜਦੋਂ ਇਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਆ, ਤੇ ਡਾਕਟਰਾਂ ਨੇ ਇਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜੀ। ਜੀ ਕਹਿਣਾ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਜੀ, ਪੰਜਾਬ ਦੇ ਵਿੱਚ 47 ਡਿਗਰੀ ਨੂੰ ਪਾਰ ਕਰ ਗਿਆ ਜੀ ਤਾਪਮਾਨ, ਔਰ ਕਹਿੰਦੇ ਕਿ ਜਿਸ ਦਿਨ ਵੋਟਾਂ ਪੈਣੀਆਂ ਨੇ ਉਸ ਦਿਨ ਹੋਰ ਜ਼ਿਆਦਾ ਬੁਰੇ ਹਾਲਾਤ ਹੋਣਗੇ ਜੀ। ਦੇਖੋ ਜੀ, ਗੱਲ ਇਹ ਆ
ਪੰਜਾਬ ਦੇ ਵਿੱਚ 47 ਡਿਗਰੀ ਨੂੰ ਟੈਂਪਰੇਚਰ ਪਾਰ ਕਰ ਗਿਆ, ਨੇ ਕਰ ਜਾਣਾ। ਲੰਘੇ ਕੱਲ ਪੰਜਾਬ ਦੇ ਵਿੱਚ 46.5 ਡਿਗਰੀ ਟੈਂਪਰੇਚਰ ਸੀ, ਲੰਘੇ ਕੱਲ ਬਠਿੰਡੇ ਦੀ ਗੱਲ ਕਰੀਏ ਨਾ, ਤੇ 46.5 ਡਿਗਰੀ ਟੈਂਪਰੇਚਰ ਬਠਿੰਡੇ ਦੇ ਵਿੱਚ ਲੰਘੇ ਕੱਲ ਦਰਜ ਕੀਤਾ ਗਿਆ। ਕਿਸੇ ਥਾਂ ਦੇ ਉੱਤੇ 45 ਸੀ, ਕਿਸੇ ਥਾਂ ਤੇ 45.5 ਸੀ, ਤੇ ਬਠਿੰਡੇ ਵਿੱਚ 46.5 ਸੀ। ਤੇ ਪੰਜਾਬ ਦੇ ਵਿੱਚ ਟੈਂਪਰੇਚਰ ਮੌਸਮ ਵਿਭਾਗ ਨੇ ਗੱਲ ਕਹੀ ਹੈ ਵੀ 48 ਦੇ ਨੇੜੇ ਤੇੜੇ ਪਹੁੰਚਣਾ, 48 ਨੂੰ ਪਾਰ ਵੀ ਕਈ ਥਾਵਾਂ ਤੇ ਕਰੂਗਾ। ਜਿਸ ਦਿਨ ਵੋਟਾਂ ਪੈਣਗੀਆਂ 46-47 ਡਿਗਰੀ 1 ਜੂਨ ਨੂੰ ਵੀ ਟੈਂਪਰੇਚਰ ਹੋਣਾ। ਸੋ ਲੰਘੇ ਕੱਲ ਸਰਕਾਰ ਨੇ ਐਲਾਨ ਕਰਤਾ ਸੀਗਾ ਕਿ 21 ਮਈ ਤੋਂ, ਯਾਨੀ ਕਿ ਅੱਜ ਤੋਂ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ 'ਚ ਛੁੱਟੀਆਂ, ਪ੍ਰਾਈਵੇਟ ਸਕੂਲਾਂ 'ਚ ਛੁੱਟੀਆਂ, ਤੇ 30 ਜੂਨ ਤੱਕ ਛੁੱਟੀਆਂ ਐਲਾਨ ਕਰ ਦਿੱਤੀਆਂ, ਯਾਨੀ ਕਿ 30 ਤੇ 9 39 ਦਿਨਾਂ ਦੀਆਂ ਛੁੱਟੀਆਂ ਐਲਾਨ ਕਰ ਦਿੱਤੀਆਂ ਗਈਆਂ। ਗਰਮੀ ਬਹੁਤ ਆ, ਇਸ ਵੇਲੇ ਬੁਰਾ ਹਾਲ ਆ, ਸੋ ਗਰਮੀ ਨੇ ਵੱਟ ਕੱਢੇ ਪਏ ਆ ਤੇ ਹਾਲੇ ਵੱਟ ਹੋਰ ਨਿਕਲਣੇ ਬਾਕੀ ਆ। ਸੋ ਇੱਕ ਗੱਲ ਜ਼ਰੂਰ ਆ ਵੀ ਜਿਹੜੇ ਟੀਚਰ ਆ ਉਹਨਾਂ ਦੀਆਂ ਇਲੈਕਸ਼ਨ ਦੇ ਵਿੱਚ ਡਿਊਟੀਆਂ ਲੱਗੀਆਂ ਹੋਈਆਂ, ਉਹ ਲਗਾਤਾਰ ਆਪਦੀਆਂ ਰਿਹਰਸਲਾਂ ਤੇ ਜਾ ਰਹੇ ਆ, ਤੇ ਮੈਨੂੰ ਕਈ ਟੀਚਰ ਸਾਹਿਬਾਨ ਦੇ ਫੋਨ ਆਏ, ਉਹ ਕਹਿੰਦੇ ਵੀ ਸਾਡੀ ਖਬਰ ਵੀ ਸਾਂਝੀ ਕਰਿਓ ਵੀ ਬੱਚਿਆਂ ਨੂੰ ਗਰਮੀ ਲੱਗਦੀ ਆ, ਬਹੁਤ ਵਧੀਆ ਗੱਲ ਆ ਛੁੱਟੀਆਂ ਮਿਲ ਗਈਆਂ, ਤੇ ਕੀ ਸਾਨੂੰ ਗਰਮੀ ਨਹੀਂ ਲੱਗਦੀ। ਨਾਲੇ ਇਹ ਗੱਲ ਕਹਿੰਦੇ ਹੁੰਦੇ ਵੀ ਭਾਈ ਅਧਿਆਪਕਾਂ ਤੋਂ ਸਿੱਖਿਆ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਲੈਣਾ, ਤੇ ਹੁਣ ਜੇਕਰ ਅਸੀਂ ਡਿਊਟੀ ਕਹਿ ਗਏ ਵੀ ਸਾਡੀ ਕੱਟ ਦਿਓ ਤੇ ਕਹਿ ਦਿੰਦੇ ਵੀ ਭਾਈ ਤੁਹਾਡੇ ਉੱਤੇ ਬਹੁਤ ਵੱਡੀ ਕਾਰਵਾਈ ਹੋਊਗੀ। ਜੀ ਤੇ ਰਾਣਾ ਸਾਹਿਬ, ਜਾਂਦਿਆਂ ਦੇ ਡਾਕਟਰ ਸੁਰਜੀਤ ਪਾਤਰ ਹੋਰਾਂ ਦੀ ਗੱਲ ਵੀ ਕਰ ਲਈਏ ਜੀ, ਕੱਲ ਅੰਤਿਮ ਅਰਦਾਸ ਹੋ ਗਈ ਉਹਨਾਂ ਦੀ। ਹਾਂ ਬਿਲਕੁਲ ਜੀ ਬਿਲਕੁਲ, ਲੰਘੇ ਕੱਲ ਉਹਨਾਂ ਦੀ ਅੰਤਿਮ ਅਰਦਾਸ ਹੋਈ ਹੈ। ਉਹ ਬਹੁਤ ਵੱਡੀ ਸ਼ਖਸੀਅਤ, ਬਹੁਤ ਮਹਾਨ ਸ਼ਖਸੀਅਤ ਰਹੇ ਆਪਾਂ ਜਾਣਦੇ ਹਾਂ, ਉਹਨਾਂ ਵਰਗਾ ਕੋਈ ਸ਼ਾਇਰ ਹੈ ਨਹੀਂ ਗਾ। ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ਤੇ ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ। ਸੋ ਆਹ ਗੱਲ ਚੁੱਪ ਰਿਹਾ ਤਾਂ ਹਨੇਰਾ ਜਰੇਗਾ ਕਿਵੇਂ, ਕੁਛ ਕਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਸੋ ਆਹ ਗੱਲਾਂ ਸੁਰਜੀਤ ਪਾਤਰ ਸਾਹਿਬ ਦੇ ਹਿੱਸੇ ਦੇ ਵਿੱਚ ਆਈਆਂ ਲਿਖਣੀਆਂ। ਸੋ ਸੁਰਜੀਤ ਪਾਤਰ ਸਾਹਿਬ ਦੁਨੀਆਂ ਤੋਂ ਕੁਛ ਦਿਨ ਪਹਿਲਾਂ ਚਲੇ ਗਏ ਸੀ ਦਿਲ ਦੇ ਦੌਰੇ ਕਰਕੇ। ਲੰਘੇ ਕੱਲ ਲੁਧਿਆਣਾ ਦੇ ਇੱਕ ਗੁਰਦੁਆਰਾ ਸਾਹਿਬ 'ਚ ਉਹਨਾਂ ਦੀ ਅੰਤਿਮ ਅਰਦਾਸ ਹੋਈ ਹੈ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਪਹੁੰਚੇ ਆ। ਸੋ ਇਹੋ ਜਿਹੀਆਂ ਸ਼ਖਸੀਅਤਾਂ ਵਾਰ ਵਾਰ ਨਹੀਂ ਜੰਮਦੀਆਂ, ਸਾਰੀ ਉਮਰ ਮੇਰੇ ਵਰਗੇ ਬੰਦੇ ਜਾਂ ਜਿਹੜੇ ਵੀ ਮੇਰੇ ਵਰਗੇ ਹੋਰ ਭੈਣਾਂ ਵੀਰ ਆ ਉਹ ਉਹਨਾਂ ਨੂੰ ਚੇਤੇ ਰੱਖਣਗੇ। ਬਿਲਕੁਲ ਸਹੀ ਕਹਿਣਾ ਸਾਹਿਬ, ਖੈਰ ਬਹੁਤ ਬਹੁਤ ਸ਼ੁਕਰੀਆ ਇਸ ਦੇ ਲਈ, ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ, ਮਿਹਰਬਾਨੀ ਮਿਹਰਬਾਨੀ।